ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਚੀਨੀਵਾਲ ਕਲਾਂ, ਚੀਨੀਵਾਲ ਕਲਾਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਅਤੇ ਇਹਦੇ ਨੇੜੇ ਦਾ ਪਿੰਡ ਕਲਾਲਾ। ਚੀਨੀਵਾਲ ਕਲਾਂ ਤੋਂ ਕਲਾਲੇ ਨੂੰ ਜਿਹੜੀ ਸੜਕ ਆਉਂਦੀ ਉਸ ਸੜਕ 'ਤੇ ਇੱਕ ਚੀਨੀਵਾਲ ਕਲਾਂ ਨਾਂ ਦਾ ਡੇਅਰੀ ਫਾਰਮ ਹੈ ਜਿੱਥੇ ਬਾਈ ਵਪਾਰ ਦਾ ਕੰਮ ਕਰਦਾ। ਬਹੁਤ ਸਾਰੇ ਨਾਗ ਇੱਥੇ ਵਿਕਰੀ ਵਾਲੇ ਹੁੰਦੇ ਆ ਅਤੇ ਸਿਸਟਮ ਜਾਂ ਤਰੀਕਾ ਇਸ ਵੀਰ ਦਾ ਇੱਦਾਂ ਦਾ ਵੀ ਇੱਕੋ ਦਿਨ ਗਾਵਾਂ ਦੇ ਸੌਦੇ ਕਰਦਾ, ਬਾਕੀ ਇੱਕ ਹਫ਼ਤਾ ਕਹਿ ਲਓ ਵੀ ਪਸ਼ੂ ਜਿਹੜੇ ਉਹ ਇਕੱਠੇ ਕਰਨ 'ਤੇ ਲੱਗਦਾ। ਅੱਜ ਜਿਹੜੀ ਵੀਡੀਓ ਬਣਾ ਰਿਹਾ ਇਹਦੇ 'ਚ ਵੀ ਤੁਹਾਨੂੰ ਸਾਰਾ ਘਰ ਭਰਿਆ ਦਿਸੂਗਾ ਕਿਉਂਕਿ 45 ਨਾਗ ਹਾਜ਼ਰ ਹੈ। 7 ਨਾਗ ਬਾਈ ਕਹਿੰਦਾ ਸੀ ਵੀ ਹੋਰ ਆ ਜਾਣੇ ਆ ਅਤੇ ਮੰਗਲਵਾਰ ਨੂੰ, ਪਰਸੋਂ, ਅੱਜ ਅਸੀਂ ਐਤਵਾਰ ਸ਼ਾਮ ਨੂੰ ਇਹ ਵੀਡੀਓ ਬਣਾ ਰਹੇ ਹਾਂ ਤਾਂ ਮੰਗਲਵਾਰ ਨੂੰ ਸੁਬਹਾ ਇਹਨਾਂ ਗਾਵਾਂ ਦੇ ਸੌਦੇ ਹੋਣਗੇ। ਟੋਟਲ ਨਾਗ ਰਹਿਣਗੇ 52। ਬਹੁਤੀਆਂ ਗਾਵਾਂ, ਸ਼ਾਮ ਦਾ ਟਾਈਮ ਹੈ, ਕੁਛ ਗਾਵਾਂ ਤੋਰ ਕੇ ਦਿਖਾ ਦਿਆਂਗੇ ਜਿਹੜੀਆਂ ਜਿਹੜੀਆਂ ਸਾਨੂੰ ਤਿਆਰ ਜਿਹੀਆਂ ਲੱਗੀਆਂ। ਬਾਕੀ ਭਰਾ ਹਰੇਕ ਜਿਹੜਾ ਵੀਡੀਓ ਦੇਖ ਰਿਹਾ ਉਹਨੂੰ ਬੇਨਤੀ ਰਹੂਗੀ ਵੀ ਆ ਕੇ ਪਸ਼ੂ ਦੇਖ ਲਿਓ, ਜਿਹੜਾ ਚੰਗਾ ਲੱਗਿਆ ਉਹਦੀ ਤਸੱਲੀ ਫੁੱਲ ਕਰਨਾ ਤੁਹਾਡਾ ਹੱਕ, ਉਹ ਕਰਕੇ ਖਰੀਦ ਲਓ। ਮਿਲਦੇ ਹਾਂ ਬਾਈ ਨੂੰ। ਰਮਨਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ। 45 ਨਾਗ ਹਾਜ਼ਰ ਹੈ, 7 ਹੋਰ ਆ ਜਾਣਗੇ? ਬਿਲਕੁਲ ਵੀਰੇ, 45 ਨਾਗ ਆਪਣੇ ਕੋਲ ਹਾਜ਼ਰ ਹੈ ਇਸ ਵਕਤ ਅਤੇ ਜਿਹੜੇ 7 ਨਾਗ ਆ ਗਏ ਉਹ ਸਵੇਰੇ ਆਪਣੇ ਆਉਣਗੇ ਜੀ। ਸੌਦੇ ਮੰਗਲਵਾਰ ਨੂੰ? ਸੌਦੇ ਵੀਰੇ ਆਪਣੇ ਮੰਗਲਵਾਰ ਨੂੰ ਹੋਣਗੇ, 17 ਤਰੀਕ ਜੀ, ਤੇ ਉਹਦੇ ਸੁਬਹਾ 7 ਵਜੇ ਆਪਾਂ ਚਾਲੂ ਕਰਦੇ ਹੁੰਦੇ ਹਾਂ ਵੀਰੇ। ਤਕਰੀਬਨ 1 ਵਜੇ ਤੱਕ ਆਪਣੇ ਚੱਲਦੇ ਹੈਗੇ, ਠੀਕ ਹੈ? ਯਾਨੀ ਤਕਰੀਬਨ ਉਦੋਂ ਪਹਿਲਾਂ ਆਪਣਾ ਵੀਰੇ ਮਾਲ ਸਾਰਾ ਕਲੀਅਰ ਹੋ ਜਾਂਦਾ ਹੁੰਦਾ ਗਾ, ਬਾਅਦ 'ਚੋਂ ਆਉਂਦਾ ਵੀਰੇ ਕੋਈ ਫਾਇਦਾ ਨਹੀਂ ਵਿੱਚ ਵੀਰ, ਬਾਅਦ 'ਚੋਂ ਆਉਂਦੇ ਆ, ਠੀਕ ਹੈ? ਹਾਂਜੀ। ਅੱਛਾ, ਭਾਅ ਇਸ ਵਾਰ ਕੀ ਰਹਿਣਗੇ? ਭਾਅ ਵੀਰੇ ਆਪਣਾ ਯਾਨੀ ਜਿਹੜਾ ਹੈਗਾ ਗਾ 50,000 ਤੋਂ ਸਟਾਰਟ ਹੋਊਗਾ, 55, 60, 65, 70, 75 ਇਸ ਤਰ੍ਹਾਂ ਕਰਦਾ 1 ਲੱਖ ਤੱਕ ਜਾਊਗਾ ਜੀ। 200 ਵੀਰੇ ਲੱਖ ਤੋਂ ਬਾਹਰ ਵੀ ਆ ਤੇ 200-50 ਤੋਂ ਥੱਲੇ ਵੀ ਆ, ਆਫਰ ਰੱਖਦੇ ਹੁੰਦੇ ਹੈਗੇ, ਠੀਕ ਹੈ? ਜਿਹੜੇ 45 ਵਾਲੇ ਸੌਦੇ ਆ ਵੀਰੇ 60-80 ਹਜ਼ਾਰ ਦੇ ਵਿੱਚ ਨੇ, ਜਿਹੜੇ ਜ਼ਿਆਦਾ ਸੌਦੇ ਆ 60-80 ਦੇ ਵਿੱਚ ਸਾਡੇ ਫਾਰਮ ਤੇ ਜ਼ਿਆਦਾ ਸੌਦੇ ਹੁੰਦੇ ਆ ਵੀਰੇ। ਟਰਾਂਸਪੋਰਟ ਦਾ ਕੀ ਹਿਸਾਬ ਵੀਰੇ? ਟਰਾਂਸਪੋਰਟ ਦੀ ਸੁਵਿਧਾ ਹੈਗੀ ਸਾਰੇ ਪੰਜਾਬ ਦੀ, 13 ਰੁਪਏ ਕਿਲੋਮੀਟਰ ਹੈਗਾ, ਉੱਪਰ 7 ਪਹੀਓ ਥੱਲੇ ਗੱਦਾ ਲੱਗਿਆ ਹੋਊਗਾ। ਕਿਸੇ ਵੀਰ ਨੇ ਦੂਰੋਂ ਆਉਣਾ ਇੱਕ ਗਊ ਖਰੀਦਣੀ ਆ, ਉਹ ਵੀ ਬੇਚਿੰਤ ਹੋ ਕੇ ਆਵੇ ਕਿਉਂਕਿ ਹਰ ਏਰੀਏ 'ਚ ਆਪਣੀਆਂ 5-5, 4-4 ਗਊਆਂ ਵੀਰੇ ਜਾਂਦੀਆਂ ਨੇ ਪਰਮਾਤਮਾ ਦੀ ਕਿਰਪਾ ਸਦਕਾ, ਫਿਰ ਉਹ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਦੇਣੇ ਆ, ਅੱਧੋ ਅੱਧੀ ਕਿਰਾਇਆ ਹੋ ਜਾਂਦਾ ਗਾ ਜੀ, ਠੀਕ ਹੈ? ਹਾਂਜੀ। ਪੇਮੈਂਟ ਦਾ ਕੀ ਸਿਸਟਮ? ਪੇਮੈਂਟ ਵੀਰੇ ਆਪਣੇ ਕੋਲ ਆਨਲਾਈਨ ਦੀ ਸਾਰੀ ਸੁਵਿਧਾ, ਸਵਾਇਮ ਮਸ਼ੀਨਾਂ ਵੀ ਆਪਣੇ ਕੋਲ ਹੈਗੀਆਂ ਨੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਾਥੇ ਪੇਮੈਂਟ ਚੱਕੀ ਜਾਂਦੀ ਹੈ। ਕ੍ਰੈਡਿਟ ਕਾਰਡ ਬਣਿਆ ਚਾਹੇ ਤੁਹਾਡੀ 5 ਲੱਖ ਦੀ ਵੀ ਲਿਮਿਟ ਹੈਗੀ ਹੈ ਵੀਰੇ, ਤੁਹਾਨੂੰ ਪੈਟਰੋਲ ਪੰਪ ਤੇ ਜਾਣ ਦੀ ਲੋੜ ਨਹੀਂ, ਜੇਬ 'ਚ ਪਾਓ ਸਿੱਧਾ ਚੀਨੀਵਾਲ ਡੇਅਰੀ ਫਾਰਮ ਤੇ ਆਓ, ਸਕੀਮ ਦਾ ਲਾਭ ਉਠਾਓ, ਚਾਹੇ ਉੱਥੇ ਸਾਰੀ ਪੇਮੈਂਟ ਸਮੇਤ ਕਰਾਇਆ ਤੁਸੀਂ ਚੱਕ ਸਕਦੇ ਹੋ ਜੀ, ਠੀਕ ਹੈ? ਹਾਂਜੀ ਵੀਰੇ, ਸ਼ੁਰੂਆਤ ਕਰਦੇ ਹਾਂ ਵਿੱਚੋਂ। ਰਮਨਪ੍ਰੀਤ ਬਾਈ, ਆਪਾਂ ਅੱਜ ਵੀਰੇ ਆਪਾਂ ਥੋੜਾ ਸ਼ਾਮ ਦਾ ਟਾਈਮ ਆ, ਵੀਡੀਓ ਨਾਲ ਆਪਾਂ ਕੁਛ ਬਹਿਣਾ ਤੋਰ ਕੇ ਦਿਖਾਵਾਂਗੇ, ਸਾਰਾ ਮਾਲ ਨਹੀਂ ਤੋਰ ਕੇ ਦਿਖਾਉਂਦੇ ਗੇ। ਆ ਜੋੜਾ ਕੱਢ ਲਓ ਵੀਰੇ ਜਰਸੀਆਂ ਦਾ, ਤਕਰੀਬਨ ਜਰਸੀਆਂ ਦੇ ਵੀਰੇ ਸਾਡੇ ਕੋਲ ਜਾਣੀ ਦੀ ਐਂ ਮੰਨ ਕੇ ਚੱਲੋ 10 ਕਨਾਗ ਹੋ ਜਾਣਗੇ ਜੀ, ਠੀਕ ਹੈ ਟੋਟਲ? ਹਾਂਜੀ ਹਾਂਜੀ ਵੀਰੇ, ਆ ਜੋੜਾ ਕੱਢ ਲਓ ਵੀਰੇ, ਉਰਲਾ ਕੱਢ ਲਓ ਆ ਜੋੜਾ। ਹਾਂਜੀ ਹਾਂਜੀ ਹਾਂਜੀ, ਬਾਕੀ ਮੇਰੀ ਵੀਰਾਂ ਨੂੰ ਇਹ ਬੇਨਤੀ ਆ ਸਾਡੇ ਫਾਰਮ ਤੇ ਆਉਣਾ ਹੈਗਾ ਵੀ ਆਪਦਾ ਇੱਕ ਦਿਨ ਵੀਰੇ ਬਾਹਰੋਂ ਰੇਟ ਲਾਜ਼ਮੀ ਵੀਰ ਪਤਾ ਕਰ ਲੈਣ, ਕਿਉਂ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਵੀਰੇ, ਮੈਂ ਬਾਹਲਾ ਨਹੀਂ ਕਹਿੰਦਾ, 10-15 ਹਜ਼ਾਰ ਦਾ ਰਿਜ਼ਲਟ ਇਕੱਲੇ ਇਕੱਲੇ ਨਾਗ ਦੇ ਵਿੱਚ ਲਾਜ਼ਮੀ ਮਿਲੂਗਾ, ਯਾਨੀ ਆਪਣਾ ਘੱਟ ਹੋਊਗਾ, ਠੀਕ? ਇਹ ਅਸੀਂ ਨਹੀਂ ਕਹਿੰਦੇ, ਜਿਹੜੇ ਗਾਹਕ ਆਪਣੇ ਵੀਰ ਆਉਂਦੇ ਉਹ ਆਪਦੇ ਮੂੰਹੋਂ ਮੰਨਦੇ ਵੀ ਹਾਂ ਫਰਕ ਹੈਗਾ ਗਾ ਜੀ। ਸੋ ਦੱਸੋ, 1-2 ਗਾਵਾਂ ਜਿਹੜੀਆਂ ਉਹ ਤੁਹਾਨੂੰ ਤੋਰ ਕੇ ਦਿਖਾਉਣੇ ਆ ਜਰਸੀ, ਇਹ ਕੱਚੀ ਆ ਵੀਰੇ, ਯਾਨੀ ਦੀ 10-12 ਦਿਨ ਦੀ ਕੱਚੀ ਆ ਗਈ ਇਹ, ਤੇ ਤਕਰੀਬਨ ਯਾਨੀ ਸੂਆ ਵੀਰੇ ਦੂਜਾ ਸੂੰਦੀ ਆ, ਤੇ ਉਹ ਵੀ ਦੂਜਾ ਸੂਆ ਉਹ 7 ਕੁ ਦਿਨ ਦੀ ਕੱਚੀ ਆ ਗਈ, ਠੀਕ ਹੈ? ਹਾਂਜੀ। ਹਵਾਨਾ ਤੁਸੀਂ ਇਸ ਗਾਂ ਦਾ ਵੀ ਦੇਖ ਲਓ, ਦੱਸੋ ਆਹ ਬੈਡ ਤੋਰ ਦੀ ਤੂੰ ਬਾਅਦ ਚੋਂ ਜਰਸੀ, ਮਾੜੀ ਪੁੱਛ ਲਿਆ ਕਰੋ, ਆਪਾਂ ਨਾ ਵਿੱਚੋਂ ਵਿੱਚੋਂ ਹੀ ਤੋਰਾਂਗੇ, ਅੱਜ ਸਾਰੀਆਂ ਬੈਡਾਂ ਨਹੀਂ ਤੋਰਦੇ ਗੇ, ਠੀਕ ਹੈ?
ਇਹ ਗਾਂ ਦੀ ਕੀ ਡਿਟੇਲ ਆ ਬਾਈ? ਇਹ ਜਰਸੀ ਆ ਵੀਰੇ, ਦੂਜਾ ਸੂਆ ਸੂੰਦੀ ਆ। ਤਕਰੀਬਨ ਸੂਣ ਨੂੰ ਤਾਂ ਵੀਰ ਜੀ ਇਹ ਵੀ ਇੱਕ ਹਫ਼ਤਾ ਲੈ ਜੂਗੀ, ਤੇ ਜ਼ਿਆਦਾਤਰ ਵੀਰੇ ਸਾਡੇ ਕੋਲ ਜਿਹੜਾ ਮਾਲ ਆ ਨਾ, ਕੁਛ ਕੁ ਜਿਹੜਾ ਮਾਲ ਖਿੱਚਦਾ ਗਾ ਉਹ ਫਾਰਮਾਂ ਫੁਰਮਾਂ ਜਦੋਂ ਫਿਰ ਖੁੱਲ੍ਹਾ ਹੁੰਦਾ, ਇਸ ਕਰਕੇ ਥੋੜ੍ਹਾ ਖਿੱਚਣ ਲੱਗ ਜਾਂਦਾ ਗਾ, ਕਿਉਂਕਿ ਜਦੋਂ ਆਪਾਂ ਜਿਹੜੇ ਆਪਦੀ ਯਾਦੀ 'ਚ ਤੁਰਨਾ ਰਹਿੰਦੀਆਂ ਨੇ, ਅਤੇ ਜਦੋਂ ਆਪਾਂ ਬੰਨ ਲੈਣੇ ਫਿਰ ਉਹਦੇ ਨਾਲ ਥੋੜ੍ਹਾ ਜਿਹਾ ਜਾਨਵਰ ਘਬਰਾਉਣ ਜੇ ਲੱਗ ਜਾਂਦਾ ਗਾ। ਘੁਮਾ ਦੇ ਇਹਨੂੰ, ਮੋੜ ਦੇ। ਬਾਕੀ ਤਕਰੀਬਨ ਵੀਰ ਜੀ ਜਿਹੜਾ ਸਾਡੇ ਕੋਲ ਮਾਲ ਦਾ 1000 ਜਿਹੜਾ ਬਾਇਓਡਾਟਾ ਹੈਗਾ, 27-28 ਗਾਈਆਂ ਦਾ ਸਾਡੇ ਕੋਲ ਹੈਗਾ ਗਾ, ਲਿਖਤੀ ਰੂਪ ਦੇ ਵਿੱਚ ਆਇਆ ਗਾ, ਅਤੇ ਉਹਨਾਂ ਦਾ ਆਪਾਂ ਉੱਦਾਂ ਹੀ ਵੀਰਾਂ ਨੂੰ ਗਾਹਾਂ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਜੀ। ਠੀਕ ਹੈ। ਅਤੇ ਉੱਦਾਂ ਬੱਸੀ ਆਪਾਂ ਤੋਰਦੇ ਨਹੀਂ ਹੈਗੇ ਵੀਰੇ, ਪਿਓਰ ਖੀਰੀ ਆ। ਠੀਕ ਹੈ। ਖੀਰੀ ਬੱਸੀ ਹੈਗੀ। ਉੱਦਾਂ ਜਿਹੜਾ ਟੈਕ ਇਹਦੇ ਹੈਗਾ 245 ਨੰਬਰ ਪਿਆ ਹੋਇਆ ਗਾ ਜੀ, ਜਿਹੜਾ ਟੈਕ ਆ, ਅਤੇ ਇਹ 20 ਦਿਨ ਦੀ ਕੱਚੀ ਆ ਵੀਰੇ। ਬਾਕੀ ਇਹ ਕਹਿਣ ਦੀ ਗੱਲ ਨਹੀਂ, ਕਿਸੇ ਵੀ ਵੀਰ ਦਾ ਵੀਡੀਓ ਦੇਖਦਾ ਤਾਂ ਸਕਰੀਨਸ਼ੋਟ ਮਾਰ ਲਏ, ਇੱਥੇ ਆ ਕੇ ਚੈੱਕ ਕਰ ਲਏ ਵੀ ਖੀਰੀ ਕਹੀ ਆ ਵੀ ਹੈਗੀ ਆ, ਬਾਕੀ ਕਿ ਉੱਦਾਂ ਹੀ ਹੈਗਾ। ਠੀਕ ਹੈ। ਇਹਦਾ ਸਾਡੇ ਕੋਲ ਵੀਰੇ ਸਾਰੀ ਬਲੱਡ ਲਾਈਨ ਸਾਡੇ ਕੋਲ ਸਾਰੀ ਹੈਗੀ ਹੈ ਇਹਦੀ। ਠੀਕ ਹੈ। ਉਦੋਂ ਅੱਗੇ ਆ ਜਾਓ ਵੀਰੇ, ਸਰਪੰਚ ਸਾਹਿਬ ਨਾਲ ਤੁਰੇ ਆਓ। ਉਦੋਂ ਅੱਗੇ ਵੀਰ ਜੀ ਇਹ ਦੂਜਾ ਸੂਆ ਸੂੰਦੀ ਆ, ਤੇ ਸੂਣ ਨੂੰ ਇਹ ਵੀ ਇੱਕ ਹਫ਼ਤਾ ਪਾ ਜੂ ਜੀ ਕਰਮ ਵਾਲੀ। ਠੀਕ ਹੈ। ਇੱਕ ਹਫ਼ਤਾ ਪਾ ਜੂਗੀ ਦੂਜਾ ਸੂਆ ਸੂੰਦੀ ਆ, ਤੇ ਬੱਸੀ ਦਾ ਵੀਰੇ ਅੱਖਰ ਬਹੁਤ ਚੰਗੇ ਆ ਇਹਦੇ ਕਰਮ ਵਾਲੀ ਦੇ, ਜਾਣੀ ਸਾਨੂੰ ਰਿਪੋਰਟ ਬਹੁਤ ਚੰਗੀ ਮਿਲੀ ਆ। ਬਾਕੀ ਜਿਹੜੀ ਤਸੱਲੀ ਜਾਣੀ ਵੀਰ ਨੇ ਆਪਦੀ ਆ ਕੇ ਕਰਨੀ ਹੁੰਦੀ ਆ, ਕਿਉਂਕਿ ਵੀਰੇ ਅਸੀਂ ਕਿਸੇ ਵੀ ਗਊ ਦਾ ਦੁੱਧ ਜੇ ਕਹਿ ਦਈਏ ਗੱਭਣ ਦਾ ਨਹੀਂ ਚੋਇਆ ਵਾ, ਕਿਉਂਕਿ ਆਪਣਾ ਵਪਾਰ ਦਾ ਕੰਮ ਆ, ਗਾਂ ਤੋਂ ਆਉਂਦਾ ਗਾ, ਸਾਨੂੰ ਜਿਹੜਾ ਮਾਲਕ ਦੁੱਧ ਦੱਸਦੇ ਅਸੀਂ ਉਹ ਦੱਸਣਾ ਹੁੰਦਾ ਗਾ, ਤੇ ਬਾਕੀ ਤਸੱਲੀ ਦੇਖੋ ਵੀਰਾਂ ਨੇ ਕਰਨੀ ਹੁੰਦੀ ਆ ਵੀ ਜਿਹੇ ਜਿਹਾ ਆਪਾਂ ਪਾਲਾਂਗੇ ਉਹੇ ਜਿਹਾ ਚੋਲਾਂਗੇ ਵੀਰੇ। ਸਹੀ। ਹਾਂਜੀ। ਕੁਛ ਗਾਵਾਂ ਦੱਸੋ ਇਦੋਂ ਅੱਗੇ, ਤੁਹਾਨੂੰ ਖੜੀਆਂ ਹੀ ਦਿਖਾ ਦਿੰਦੇ ਆ। ਇਹ ਵੀਰੇ ਸੇਦਾਨ ਦਾ ਬੱਸੀ ਆ ਜਿਹੜੀ, ਇਹ ਨਵਾਈ ਵੀ ਨਹੀਂ ਹਜੇ ਹੋਣੀ ਆਈ ਆ, ਤੇ ਥੱਲਿਓਂ ਪੱਧਰ ਆ ਗਏ ਇੱਧਰਲੇ ਪਾਸੇ ਥੋੜ੍ਹੀ ਜਿਹੀ, ਜਾਣੀ ਇਹ ਭਾਲ ਕਰਦੀ ਆ ਵੀਰੇ। ਠੀਕ ਹੈ। ਆਹ ਥੋੜ੍ਹੀ ਭਾਲ ਕਰੀ ਆ, ਬਿਲਕੁਲ ਪੱਧਰ ਹੈਗੀ, ਆਹ ਤੋਰ ਦਿਓ ਸਰਪੰਚ ਸਾਹਿਬ ਉਦੋਂ ਅੱਗੇ ਵਾਲੀ। ਇਹ ਵੀਰੇ ਦੂਜਾ ਸੂਆ ਸੂੰਦੀ ਆ, ਇਹ ਵੀ ਸੇਦਾਨ ਦਾ ਗੀ, ਤੇ ਇਹ ਵੀ 12 ਦਿਨ ਦੀ ਕੱਚੀ ਹੈਗੀ ਆ ਵੀਰੇ। ਫਾਰਮ ਦੇ ਵਿੱਚੋਂ ਬੱਸੀ ਲਈ ਆ ਮੈਂ ਆਪਦੇ ਨਾਲ ਦੇ ਪਿੰਡੋਂ ਹੀ ਜੀ, ਬਲੱਡ ਲੈਣ ਇਹਦੀ ਵੀ ਸਾਰੀ ਦੇ ਦਿਆਂਗੇ। ਇਹ ਕਿੰਨਾ ਚਿਰ ਲੈ ਜੂਗੀ? ਤਕਰੀਬਨ ਵੀਰੇ 12 ਦਿਨ ਦੀ ਬਾਕੀ ਆ ਜੀ ਹਜੇ ਇਹ। ਠੀਕ ਹੈ। 12 ਦਿਨ ਦੀ ਬਾਕੀ ਆ, ਬਾਕੀ ਥੋੜ੍ਹਾ ਜਿਹਾ ਵੀਰੇ ਖਿੱਚ ਦਾ ਕੰਮ ਹੁੰਦਾ, ਹੁਣ ਤਾਂ ਇੱਦਾਂ ਹੀ ਚੱਲੂ। 4-5 ਮਹੀਨੇ ਮਾਲ ਦੇਖੋ ਸਾਡੇ ਕੋਲੋਂ ਨਾ, ਤਕਰੀਬਨ ਅੱਧਾ ਮਾਲ ਨਵਾਇਆ ਗਿਆ, ਅੱਧਾ ਨਵਾਇਆ ਵੀ ਨਹੀਂ ਗਿਆ ਜੀ। ਠੀਕ ਹੈ। ਉੱਦਾਂ ਹੀ ਆ, ਬਾਕੀ ਆਪਾਂ ਸੁਰਖੀ ਪਾਊਡਰ ਤਾਂ ਲਾਉਣਾ ਦੂਰ ਦੀ ਗੱਲ ਰਹੇਗੀ, ਜਿੱਦਾਂ ਮਾਲ ਆਉਂਦਾ ਉੱਦਾਂ ਹੀ ਹੁੰਦਾ ਵੀਰੇ। ਬਾਕੀ ਜਿਹੜੇ ਵੀਰ ਸਾਡੇ ਨਾਲ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਹੀ ਹੈਗਾ ਜੀ, ਬੂਟੇ ਵੀਰਾ ਜੋੜਾ ਤੋਰ ਦਿਓ ਉਦੋਂ ਅੱਗੇ ਵਾਲਾ, ਅਤੇ ਇਹ ਵੀਰੇ ਜਾਣੀ ਤਕਰੀਬਨ ਹੈਗੀ ਹੈ ਵੀ ਜਾਣੀ ਦੀ 11-12 ਦਿਨ ਦੀ ਕੱਚੀ ਹੈਗੀ ਹੈ ਜੀ। ਠੀਕ ਹੈ। ਚੰਗੀ ਆ, ਬੈਡ ਕੱਦ ਵੇਲ ਵਾਲੀ ਹੈਗੀ, ਆਹ ਕੱਢਦੇ ਬਾਹਰ ਰਹਿਣ ਦੀ ਜੀ ਕੱਢਣ ਨੂੰ, ਅਤੇ ਇਹ ਹਫ਼ਤਾ ਕੁ ਲਊ ਹੈਗੀ ਜੀ, ਇੱਕ ਹਫ਼ਤਾ ਲਊਗੀ, ਅਤੇ ਅੱਖਰ ਬਹੁਤ ਚੰਗੇ ਆ ਵੀਰੇ। ਬਾਕੀ ਦੁੱਧ ਵਾਲਾ ਬੱਚਾ, ਬਾਕੀ ਜਿਹੜਾ ਵੀਰ ਆਊਗਾ ਆਪਦੀ ਆ ਕੇ ਤਸੱਲੀ ਕਰ ਲੂਗਾ, ਕਿਉਂਕਿ ਬੈਡਾਂ ਵੀਰੇ ਮੋਬਾਈਲ ਦੇ ਵਿੱਚ ਉਹਨਾਂ ਨਹੀਂ ਦੱਸਦੀਆਂ ਹੁੰਦੀਆਂ ਗੀਆਂ। ਬਾਕੀ ਅਸੀਂ ਤਾਂ ਇਹ ਕਹਿੰਦੇ ਹਾਂ ਵੀਰੇ, ਔਨਲਾਈਨ ਦਾ ਸੌਦਾ ਅਸੀਂ ਤਾਂ ਦਿੰਦੇ ਨਹੀਂ ਹੈਗੇ ਵੀਰ ਜੀ, ਕਿਸੇ ਵੀ ਵੀਰ ਨੇ ਪੈਸੇ ਖਰਚਣੇ ਆਪਦਾ, ਆਓ ਦੇਖੋ, ਨਿਰਖੋ ਪਰਖੋ, ਫਿਰ ਸੌਦਾ ਲੈ ਕੇ ਜਾਓ। ਸਹੀ। ਅਸੀਂ ਔਨਲਾਈਨ ਦਾ ਸੌਦਾ ਵੀਰੇ ਬਹੁਤ ਘੱਟ ਕਰਦੇ ਹਾਂ, ਜੇ ਕਿਸੇ ਵੀਰ ਨੂੰ ਐਮਰਜੈਂਸੀ ਆ, ਕੀ ਕਹਿਣਾ, 1-2 ਨਾਗ ਔਨਲਾਈਨ ਦੇ ਦਈਏ, ਨਹੀਂ ਅਸੀਂ ਜ਼ਿਆਦਾਤਰ ਸਾਡੇ ਫਾਰਮ 'ਤੇ ਜਿਹੜਾ ਵੀਰ ਆਉਂਦਾ ਗਾ ਆਪਦਾ ਦੇਖ ਕੇ ਨਿਰਖ ਪਰਖਣਾ ਸੌਦੇ ਲੈ ਕੇ ਜਾਂਦਾ ਜੀ। ਆਹ ਦੇਖ ਸਕਦੇ ਹੋ, ਇੱਧਰੋਂ ਨਾੜਾ ਨੂੜਾ ਵੀਰੇ ਲੇਵੇ 'ਤੇ ਬੱਸੀ ਦੇ ਮਰਵਾ ਸਕਦੇ ਹੋ, ਚੰਗੀ ਹੈਗੀ। ਇਹ ਨਾ ਖੋਲੀ, ਉਦੋਂ ਅੱਗੇ ਆਹ ਕੱਢ ਦਿਓ ਜੀ, ਇਹ 3 ਅੱਗੇ ਵਾਲੀਆਂ ਤੋਰ ਦਿਓ। ਇਹ ਵੀ ਦੂਜਾ ਸੂਆ ਸੂੰਦੀ ਹੈ ਜੀ, ਅਤੇ ਇਹ ਹੋ ਸਕਦਾ ਬੱਚਾ ਧਰ ਦੇ 1-2 ਦਿਨ 'ਚ, ਰੈਡੀ ਆ। ਥੱਲਿਓਂ ਲੇਵੇ ਦੀ ਪੱਧਰ ਆ, ਇਹਨੇ ਵੀ ਥੋੜ੍ਹੀ ਜਿਹੀ ਭਾਲ ਜਾਣੀ, ਇੱਧਰਲੇ ਪਾਸੇ ਭਾਲ ਜੀ ਕਰੀ ਹੈ। ਠੀਕ ਹੈ। ਹੌਲੀ
ਤੁਰਦੇ ਅੱਗੇ ਤੁਰਦੇ। ਇਸ ਗਾਂ ਦੀ ਕੀ ਡਿਟੇਲ ਆ ਬਾਈ? ਇਹ ਗਾਂ ਵੀਰੇ ਇੱਕ ਹਫ਼ਤਾ ਬਾਕੀ ਹੈਗਾ ਇਹਦਾ ਕਰਮਾਲੀ ਦਾ, ਸੂਆ ਹੋ ਸਕਦਾ ਤੀਜਾ ਸੂੰਦੀ ਹੋਵੇ, ਕਿਉਂਕਿ ਆਪਾਂ ਹਰ ਨੂੰ ਨਹੀਂ ਵੀਰੇ ਦੂਜਾ ਕਹਿਣਾਗਾ, ਹੋ ਸਕਦਾ ਤੀਜਾ ਸੂੰਦੀ ਹੋਵੇ, ਜਾਣੀ ਦੀ ਮਾਲਕਾਂ ਨੇ ਦੂਜਾ ਦੱਸਿਆ, ਪਰ ਅਸੀਂ ਤੀਜਾ ਮੰਨ ਕੇ ਲਈ ਆ। ਪਰ ਥਾਨਲੇ ਵਾਲੇ ਪਾਸਿਓਂ ਵੀਰੇ ਬਹੁਤ ਸੁੱਚੀ ਹੈਗੀ, ਅਤੇ ਜਾਣੀ ਦੀ ਜਿਹੋ ਜਿਹਾ ਬਸ ਵੀਰ ਜਾਣੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਲਕਾ ਗੇੜ ਕੇ ਬਾਲਟੀ ਭਰਦੇ ਸੀ, ਉਸ ਤਰ੍ਹਾਂ ਵੀਰ ਜਾਣੀ ਚੌਕੇ ਥੱਲੇ ਉੱਠ ਖੜਿਆ ਕਰੂਗੀ, ਜਾਣੀ ਚੋਣ ਦੀ ਇੰਨੀ ਵੀਰੇ ਸਾਫ਼ ਰਹਿਣੀ ਆ ਕਰਮਾਲੀ ਇਹ। ਬਾਕੀ ਸਾਨੂੰ ਕਹਿਣ ਦੀ ਲੋੜ ਨਹੀਂ ਵੀਰੇ, ਇਹਦਾ ਹਵਾਨਾ ਆਪੇ ਗਵਾਹੀ ਭਰੂਗਾ, ਉਦੋਂ ਅੱਗੇ ਵਾਲੀ ਤੋਰ ਦਿਓ ਜੀ। ਇਹਦਾ ਵੀ ਵੀਰੇ ਰਿਕਾਰਡ ਬਹੁਤ ਸੋਹਣਾ ਰਿਹਾ ਮਿਲਕ ਦਾ, ਬਾਕੀ ਅਸੀਂ ਇਹ ਨਹੀਂ ਕਹਿੰਦੇ ਉਹਦੀ ਫਲਾਨੀ ਦਾ ਇੰਨਾ ਗਾ, ਫਾਰਮ 'ਤੇ ਆਊਗਾ ਵੀਰ ਸਾਹਮਣੇ ਦੇਖੂਗਾ ਵੀਰੇ, ਉਦੋਂ ਦੱਸੀ ਜਾਂਦੀ ਆ ਚੀਜ਼, ਮੋਬਾਈਲ 'ਤੇ ਐਵੇਂ ਆਪਾਂ ਫਲੱਦੇ ਮਾਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਕੱਢ ਦਿਓ ਸਰਪੰਚ ਵੀਰ, ਕੱਢ ਦਿਓ ਬਾਹਰ ਨੂੰ ਕਿਰਾਂ, ਪੰਜ ਚਾਰ ਦਿਨ ਦੇ ਵਿੱਚ ਬੱਚਾ ਇੱਧਰ ਹੋਏ, 13 ਨੰਬਰ ਟੈਗ ਆ ਵੀਰੇ ਇਹਦੇ, ਕਿਸੇ ਵੀਰ ਨੇ ਉੱਦਾਂ ਪੁੱਛਣੀ ਹੋਵੇ ਨਾ ਟੈਗ ਤਾਂ ਦੱਸਦੇ ਹਾਂ ਜੀ। ਠੀਕ ਹੈ, ਇਹ ਬੈਡ ਤਕਰੀਬਨ ਵੀਰੇ ਹਜੇ ਵੀ ਜਾਣੀ ਦੀ ਮੇਰੇ ਹਿਸਾਬ ਨਾਲ 5 ਤੋਂ 7 ਦਿਨ ਇਹ ਕਰਮ ਵਾਲੀ ਬੜੀ ਆਰਾਮਦਾਰੀ ਨਾਲ ਲੈ ਜੂਗੀ। ਠੀਕ ਹੈ, ਲੇਬੇ 'ਤੇ ਨਾੜਾਂ ਨੂੜਾਂ ਵੀਰੇ ਮਿਲਕ ਪਿੰਡ ਦੇਖ ਸਕਦੇ ਹੋ, ਪਿੰਡ 'ਤੇ ਬਹੁਤ ਚੰਗੀ ਆ, ਜਾਣੀ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਚੰਗੀ ਰਹੂਗੀ, ਸਾਫ਼ ਸੁਥਰੀ ਬੈਡ ਇਹ ਜੀ। ਸੋ ਇਹ ਦੱਸੋ ਉੱਪਰ ਜਿਹੜੀਆਂ ਵੱਧੀਆਂ ਗਾਵਾਂ ਉਹ ਸੀ, ਇੱਕ ਆ ਬਾਈ ਸੂਈ ਸਵਾਈ ਬੈਡ ਜਿਹੜੀ ਤੇਰੇ ਹੱਥ ਖੜੀ ਹੈ। ਵੱਡੇ ਵੀਰੇ ਜਿਹੜੀ ਸੂਈ ਸਵਾਈ ਆ ਦੁੱਧ 'ਤੇ ਥੱਲੇ ਹੋਊਗਾ ਜਾਣੀ ਦੀ 27 ਕਿਲੋ ਵਾਂਗੂ, ਪਰ ਆਪਾਂ ਵੀਰੇ 25 ਮੰਨਦੇ ਹਾਂ, ਮਗਰ ਇਹਦੇ ਬੱਸੀ ਆ, ਜਿਹੜਾ ਵੀਰ ਮਰਜ਼ੀ ਸਾਡੇ ਫਾਰਮ 'ਤੇ ਆ ਕੇ ਵੀਰੇ ਇੱਕ ਟਾਈਮ ਖਾਲੀ ਕਰ ਲਿਓ, ਉਦੋਂ ਬਾਅਦ 2 ਟਾਈਮ ਆਦੀ ਤਸੱਲੀ ਕਰਕੇ ਲਿਜਾ ਸਕਦਾ ਜੀ। ਠੀਕ ਹੈ, 2 ਟਾਈਮ ਜਿਹੜਾ ਮਰਜ਼ੀ ਵੀਰ ਤਸੱਲੀ ਕਰਕੇ ਲਿਜਾ ਸਕਦਾ ਗਾ, ਅਤੇ ਉਦੋਂ ਅੱਗੇ ਜਿਹੜੀ ਆਹ ਬੱਸੀ ਆ ਵੀਰੇ, ਇਹ ਵੀ ਜਾਣੀ ਦੀ ਫਾਰਮ ਦੀ ਹੋਈ ਹੈਗੀ, ਇਹਦੇ ਵੀ ਟੈਗ ਨੰਬਰ ਹੈਗਾ, ਆਹ ਦੇਖੋ ਤਾਂ ਲੇਬੇ 'ਤੇ ਮਾੜਾ ਮਰਵਾ ਦਿਓ ਨੇੜੇ ਕਰਕੇ, ਦੇਖੋ ਬੱਸੀ ਬਹੁਤ ਸੁੱਚੀ ਆ, ਉੱਦਾਂ ਥੋੜ੍ਹੀ ਜਿਹੀ ਸੋਟੀ ਲੱਗਦੀ ਆ, ਅਤੇ ਨਾੜਾਂ ਨੂੜਾਂ ਵਾਲੇ ਪੱਖ ਤੋਂ ਵੀਰੇ ਦੇਖੋ ਕੋਈ ਅੰਤ ਹੀ ਨਹੀਂ ਕਰਮ ਵਾਲੀ ਦਾ, ਇਹ 4 ਦੰਦ ਆ ਜੀ ਪਿਓਰ, ਮੇਰੇ ਦੰਦ ਆਪਦੇ ਪੱਟੇ ਹੈਗੇ। ਜਿਹੜੀ ਉਦੋਂ ਅੱਗੇ ਆ ਵੀਰੇ 4 ਦੰਦ ਹੀ ਇਹ ਆ, ਇਹ ਵੀ ਪਹਿਲਾ ਸੂਆ ਹੀ ਆ ਜੀ। ਠੀਕ ਹੈ, ਚੌਗੀ ਇਹ ਹੈਗੀ, ਇਹ ਦੂਜਾ ਆ ਗਈ ਸੂਆ ਵੀਰੇ, ਇਹ ਕੱਚੀ ਆ ਤਕਰੀਬਨ ਜਾਣੀ ਦੀ 15 ਤੋਂ 20 ਦਿਨ ਦੀ ਕੱਚੀ ਹੈਗੀ ਆ ਵੀਰੇ। ਠੀਕ ਹੈ, ਹਾਂ ਊਂ ਜਾਣੀ ਚੰਗੀ ਆ, ਇਹਦੀ ਬਾਡੀ ਬੂਡੀ ਚੰਗੀ ਆ, ਕਿਸੇ ਵੀਰ ਨੇ ਕੱਚੀ ਲੈਣੀ ਆ, ਦੁੱਧ ਵਾਲੇ ਪੱਖ ਤੋਂ ਵੀਰੇ ਚੰਗੀ ਰਹੂਗੀ। ਜਿਹੜੀ ਉਦੋਂ ਅੱਗੇ ਆ ਗਈ ਇਹ ਬੈਡ ਜਿਹੜੀ ਇਹ 4 ਦੰਦ ਆ ਗਈ, ਅਤੇ ਤਕਰੀਬਨ ਕੱਚੀ ਇਹ ਵੀ ਵੀਰੇ 10 ਤੋਂ 12 ਦਿਨ ਦੀ ਹੈਗੀ ਹੈਗੀ। ਠੀਕ ਹੈ, ਕੁਛ ਉਸ ਸਾਈਡ 'ਤੇ ਗਾਵਾਂ ਜਿਹੜੀ ਆ ਕਾਲੀ ਬੈਡ ਹੈਗੀ, ਇਹ ਵੀ ਤਕਰੀਬਨ 5 ਤੋਂ 4 ਦਿਨ ਲੈ ਜੂ ਜੀ, ਅਤੇ ਦੁੱਧ ਵਾਲੇ ਪੱਖ ਤੋਂ ਵੀਰੇ ਜਾਣੀ 20 ਤੋਂ ਪਲੱਸ ਰਹੂਗੀ, ਜਿਹੜੇ ਹਿਸਾਬ ਨਾਲ ਬੈਡ ਦਾ ਗੋਲਾ ਕਾਲਾ ਗਾ, ਚੰਗੀ ਆ ਥਾਨਲੇ ਵਾਲੇ ਪੱਖ ਤੋਂ ਜੀ। ਉਦੋਂ ਅੱਗੇ ਆ ਦੂਜਾ ਸੂਆ ਸੂੰਦੀ ਹੈ ਜੀ, 6 ਦੰਦ ਹੈਗੀ, ਅਤੇ ਸੂਨ ਨੂੰ ਇਹ ਵੀ 1 ਹਫ਼ਤਾ ਪਾ ਜੂ ਕਰਮ ਵਾਲੀ ਜੀ, ਥੱਲਿਓਂ ਪੋਲੀ ਚੰਗੀ ਬਣੂਗੀ। ਆਹ ਸਾਈ ਵਾਲ ਪੱਖ ਤੋਂ ਆ ਗਈ ਜੀ, ਇਹ ਬੈਡ ਸਾਈ ਵਾਲ ਪੱਖ ਤੋਂ ਆ ਗਈ, ਹੋ ਸਕਦਾ ਬੱਚਾ ਵੀਰੇ ਧਰਦੇ ਜਾਣੀ ਕੱਦ ਬੇਲ ਵਾਲੀ ਆ, ਅਤੇ ਠੰਡੀ ਸੀਲ ਦਾ ਕੋਈ ਅੰਤ ਹੀ ਨਹੀਂ ਇਹਦਾ ਕਰਮ ਵਾਲੀ ਦਾ, ਜਿਵੇਂ ਮਰਜ਼ੀ ਆਪਾਂ ਹੱਥ ਫੇਰ ਸਕਦੇ ਹਾਂ ਜੀ, ਕੋਈ ਵਾਸਤਾ ਹੀ ਨਹੀਂ ਇਹਨੂੰ, ਕੋਈ ਐਂ ਪੂਰੀ ਠੰਡੀ ਸੀਲ ਆ, ਸਾਈ ਵਾਲੇ ਸੀ ਗਰਮ ਕੋਈ ਨਹੀਂ ਲੈਂਦੇ ਹੈਗੇ ਗੇ। ਠੀਕ ਹੈ, ਸੂਨ ਨੂੰ 5 ਤੋਂ ਜਾਣੀ 6 ਦਿਨ ਹੋ ਸਕਦਾ ਲੈ ਜੇ ਜੀ, ਨਿਖਰੂ ਚੰਗੀ ਬੱਸੀ। ਉਦੋਂ ਅੱਗੇ ਆ ਗਈ ਵੀਰੇ ਐਰ ਸ਼ਹਿਰ ਦੇ ਕ੍ਰੋਸ ਦੇ ਵਿੱਚ ਆ ਗਈ, ਇਹ ਪਰ ਬੱਚਾ ਧਰ ਦੂਗੀ 1-2 ਦਿਨ ਦੇ ਵਿੱਚ ਜੀ, ਆਹ ਤੋਰ ਦਿਓ ਮਾੜੀ ਜੀ। ਜਿਹੜੀ ਇਹ ਬੈਲ ਵੀਰੇ ਸੂਈ ਹੋਈ ਇਹਦੇ ਥੱਲੇ ਇਸ ਵਕਤ ਹੋਊਗਾ 27 ਤੋਂ 28 ਕਿਲੋ ਰੈਡੀ ਜੀ, ਸੂਈ ਨੂੰ ਇਹਨੂੰ ਤਕਰੀਬਨ 4 ਤੋਂ 5 ਦਿਨ ਹੋ ਗਏ ਆ ਜੀ, ਅਤੇ ਦੁੱਧ ਜਾਣੀ ਇਹਦਾ ਅਸੀਂ ਆਪ ਹੁਣ 2-3 ਟਾਈਮ ਇਹਦਾ ਮਿਣਿਆ ਹੈਗਾ ਗਾ, ਅਤੇ ਬੈਡ ਜਦੋਂ ਚੋਣੇ ਆ ਬਿਲਕੁਲ ਜੀ ਲੇਵਾ, ਜਿਵੇਂ ਹੁਣ ਹਵਾਨਾ ਵੱਡਾ ਦੀਂਦਾ ਹੈਗਾ, ਅਤੇ ਬਿਲਕੁਲ ਜਾਣੀ ਆਪਾਂ ਨਿੰਬੂ ਨਿਚੋੜ ਦੇਣੇ, ਐਂ ਲੇਵਾ ਦਾ ਨੁੱਚੜ ਜਾਂਦਾ ਜੀ। ਠੀਕ ਹੈ, ਹਾਂਜੀ, ਇੱਕ ਗਾਂ ਇੱਧਰ ਬਿਲਕੁਲ ਤਾਜ਼ੀ ਸੂਈ ਦਿਸਦੀ ਹੈ, ਇਹ ਵੀਰੇ ਤਕਰੀਬਨ ਇਹਨੂੰ ਗਊ ਨੂੰ ਸੂਈ ਨੂੰ 1 ਘੰਟਾ ਹੀ ਹੋਇਆ ਗਾ, ਇਹ ਸਾਡੀ ਪਿਛਲੇ ਲਾੜ 'ਚ ਬਾਕੀ ਰਹਿ ਗਈ ਸੀ, ਜੇਰ ਇਹਦੀ ਹਜੇ ਵੀਰੇ ਪੈਣੀ ਬਾਕੀ ਆ। ਠੀਕ ਹੈ, ਜੇਰ ਪੈਣੀ ਬਾਕੀ ਹੈ, ਫਾਰਮ 'ਚੋਂ ਆਈ ਆ, ਮਸ਼ੀਨ 'ਤੇ ਲੱਗੀ ਹੋਈ ਆ, ਸਾਡੇ ਨਾਲ ਦੇ 2 ਪਿੰਡ ਛੱਡ ਕੇ ਆਈ ਆ ਜੀ, ਇਹ ਮਸ਼ੀਨ 'ਤੇ ਲੱਗੀ ਹੋਈ ਹੈ, ਉੱਦਾਂ ਵੀਰ ਨੇ ਹੱਥੀ ਚੋਣੀ ਆ, ਤਾਂ ਥਾਣੇ ਦਾ ਹੱਥੀ ਚਵਾਈ ਵਾਲਾ ਗਾ, ਠੰਡੀ ਸੀਲ ਆ, ਜੇਰ ਹਜੇ ਦੀ ਪੈਣੀ ਬਾਕੀ ਆ ਵੀਰੇ।
ਠੀਕ ਹੈ ਹਾਂਜੀ ਜਿਹੜੀਆਂ ਅੰਦਰ ਗਾਵਾਂ ਉਦੋਂ ਅੱਗੇ ਆ ਗਈ ਵੀਰੇ ਇਹ 15 ਦਿਨ ਦੀ ਕੱਚੀ ਹੈ ਜੀ ਵੱਡੇ ਕੱਦ ਵੇਲ ਦੇ ਵਿੱਚ ਹੈ 15 ਦਿਨ ਦੀ ਕੱਚੀ ਆ ਜਿਹੜੀ ਆਹ ਬੈਠ ਆ ਗਈ ਤੋੜ ਦੇਣਾ ਤੋਰੋ ਬੂਟੇ ਵੀਰ ਮਾੜੀ ਜੀ ਆਹ ਜੋੜਾ ਹੀ ਤੋੜ ਦਿਓ ਠੀਕ ਹੈ ਇਹ ਜੋੜਾ ਹੀ ਤੋੜ ਦਿਓ ਜੀ ਇਹ ਬੈਠ ਥੱਲੇ ਹੋਊਗਾ ਵੀਰੇ 24 ਕਿਲੋ ਦੁੱਧ ਰੈਡੀ ਹੈ ਇਸ ਵਕਤ ਠੀਕ ਹੈ 24 ਕਿਲੋ ਹੋਊਗਾ ਇਹ 4 ਦਿਨ ਦੀ ਸੂਈ ਆ ਗਈ ਇਹ ਦੂਜਾ ਸੂਆ ਜੀ ਸਰਪੰਚ ਆ ਵੀਰੇ ਨਾਲ ਦੀ ਤੋਰ ਦੇ ਜਿਹੜੀ ਉਹਦੇ ਨਾਲ ਦੀ ਆ ਵੀਰੇ ਉਹ 4 ਦੰਦ ਬੱਸੀ ਆ ਉਹ ਵੀ ਤਾਜ਼ੀ ਸੂਈ ਆ ਇਹ ਥੱਲੇ 24 ਕਿਲੋ ਇਸ ਵਕਤ ਰੈਡੀ ਹੋਊਗਾ ਜੀ ਕੰਡੇ ਦਾ ਤੋਲ ਜਿਹੜੀ ਇਹ ਆ ਵੀਰੇ ਥੋੜਾ ਜਿਹਾ ਹਵਾਨਾ ਜਾਣੀ ਪੱਧਰ ਜਿਹਾ ਰੱਖਦੀ ਆ ਦੁੱਧ ਜਾਣੀ 17 ਤੋਂ 18 ਕਿਲੋ ਹੋਊਗਾ ਪਰ ਦੁੱਧ ਵੀਰੇ 20 ਤੋਂ ਪਲੱਸ ਵਾਲੀ ਬੱਸੀ ਆ ਮੂੰਹੋਂ 4 ਦੰਦ ਕਹਿਣ ਦੀ ਗੱਲ ਨਹੀਂ ਸਾਡੇ ਆਪਦੇ ਦੰਦ ਪੱਟ ਕੇ ਦੇਖੇ ਹੋਏ ਆ ਜਿਹੜਾ ਵੀਰ ਮਰਜ਼ੀ ਸਕਰੀਨਸ਼ਾਟ ਇਹਦਾ ਬੱਸੀ ਦਾ ਲੈ ਸਕਦਾ ਜੀ ਠੀਕ ਹੈ ਥੱਲਿਓਂ ਲੇਵੇ ਦੀ ਪੱਧਰ ਵੀ ਆ ਬਾਕੀ ਥਾਣੇ ਦਾ ਨਾ ਹੱਥੀਂ ਚਵਾਈ ਵਾਲਾ ਜੋ ਪਸਮਾਉਣੇ ਆ ਵਧੀਆ ਥਾਣ ਬਣਾ ਦਿੰਦੇ ਜੀ ਹੱਥੀਂ ਚਵਾਈ ਸਾਡੇ ਬੰਦੇ ਕਰਦੇ ਆ ਜੀ ਉੱਦਾਂ ਕਿਸੇ ਵੀਰ ਨੇ ਮਸ਼ੀਨ 'ਤੇ ਲਾਉਣੀ ਆ ਮਸ਼ੀਨ 'ਤੇ ਵੀ ਲਾ ਸਕਦਾ ਹੈਗਾ ਅੱਗੇ ਜਿਹੜੀਆਂ ਗਾਵਾਂ ਖੜੀਆਂ ਅੱਗੇ ਵੀਰੇ ਆਪਾਂ ਉੱਦਾਂ ਨਾ ਦੱਸ ਦੇਣੇ ਆਗੇ ਇਹ ਵੀਰੇ ਦੂਜਾ ਸੂਆ ਸੂਈ ਹੈਗੀ ਇਹ ਤਾਜ਼ੀ ਆ ਜੀ ਇਹਦੇ ਥੱਲੇ ਵੀ ਇਸ ਵਕਤ 16 ਤੋਂ 17 ਕਿਲੋ ਰੈਡੀ ਹੋਊਗਾ ਜੀ ਠੀਕ ਹੈ ਅਤੇ ਆਹ ਬੈਡ ਵੀਰੇ ਅੱਜ ਸਵੇਰੇ ਹੀ ਸੂਈ ਹੈਗੀ ਠੀਕ ਹੈ ਇਹ ਸਵੇਰੇ ਸੂਈ ਆ ਜਾਣੀ ਬੌਲੇ 'ਚੋਂ ਖਾਲੀ ਹੋਈ ਹੈਗੀ ਜੇਰ ਜੂਰੇ ਦੀ ਓਕੇ ਹੋ ਗਈ ਆ ਅਤੇ ਆਹ ਬੈਡ ਵੀ ਤਾਜ਼ੀ ਸੂਈ ਆ ਇਹਦੇ ਥੱਲੇ ਵੀ 17 ਤੋਂ 18 ਕਿਲੋ ਰੈਡੀ ਆ ਜੀ ਅਤੇ ਆਹ ਬੈਡ ਵੀ ਵੀਰੇ ਤਾਜ਼ੀ ਸੂਈ ਹੈਗੀ ਇਹਦੇ ਥੱਲੇ ਵੀ 17 ਤੋਂ 18 ਹੀ ਹੋਊਗਾ ਜੀ ਰੈਡੀ ਪਰ ਬੈਡਾਂ ਵੀਰੇ ਸਾਰੀਆਂ ਨੇ 3-3 4-4 ਦਿਨ ਦੀਆਂ ਸੂਈਆਂ ਵੱਧ ਵਾਲੀ ਨਹੀਂ ਹੈਗੀ ਜਾਣੀ ਕੱਚੇ ਦੁੱਧ 'ਚ ਹੀ ਹਜੇ ਬੌਲੇ 'ਚ ਆ ਠੀਕ ਹੈ ਦੁੱਧ ਹੋਰ ਬਣਾਉਣਗੀਆਂ ਬੈਡਾਂ ਜਾਣੀ ਦੀ ਠੀਕ ਹੈ ਆਹ ਬੈਡ ਵੀਰੇ ਸੂਣ ਵਾਲੀ ਆ 5-4 ਦਿਨ ਲੈ ਜੂਗੀ ਅਤੇ ਉਦੋਂ ਅੱਗੇ ਆਹ ਵੀ ਬੈਡ ਸੂਣ ਵਾਲੀ ਆ ਇਹ ਵੀ 5-6 ਦਿਨ ਲੈ ਜੂਗੀ ਇਹ ਦੂਜਾ ਸੂਆ ਸੂੰਦੀ ਆ 6 ਦੰਦ ਆ ਜੀ ਅਤੇ ਉਦੋਂ ਅੱਗੇ ਆ ਗਈ ਵੀਰੇ ਪਲੂਣ ਬੱਸੀ ਆ ਗਈ ਇਹ ਕਰੌਸ ਦੇ ਵਿੱਚ ਆ ਠੰਡੀ ਸੀਲ ਆ ਗਈ ਅਤੇ ਦੰਦਾਂ ਦੇ ਵਿੱਚ ਵੀਰੇ ਬਿਲਕੁਲ ਖੀਰੀ ਆ ਇਹ ਅਸੀਂ ਦੰਦ ਪੱਟ ਕੇ ਆਪ ਦੇਖੇ ਆ ਅਤੇ ਉੱਦਾਂ ਜਾਣੀ ਦੀ ਲੈ ਜੂਗੀ ਹਫ਼ਤਾ ਠੰਡੀ ਸੀਲ ਆ ਗਈ ਪਰ ਦੁੱਧ ਵਾਲੇ ਪੱਖ ਤੋਂ ਤਾਂ ਬਾਹਲੀ ਨਹੀਂ ਇਹ 12-13 ਕਿਲੋ ਹੀ ਮਸਾਂ ਦੇਊਗੀ ਉਹ ਜਾਣੀ ਘਰੂ ਰੱਖਣ ਨੂੰ ਵੀਰ ਨੂੰ ਠੀਕ ਆ ਆਹ ਕਰੌਸ ਬੈਡ ਆ ਗਈ ਵੀਰੇ ਦੂਜਾ ਸੂਆ ਸੂੰਦੀ ਆ ਅਤੇ ਆਹ ਬਲੂਣ ਬੱਸੀ ਆ ਗਈ 4 ਦੰਦ ਆ ਜੀ ਤਕਰੀਬਨ 5-4 ਦਿਨ 'ਚ ਬੱਚਾ ਧਰ ਦੂ ਠੰਡੀ ਸੀਲ ਆ ਗਈ ਅਤੇ ਆਹ ਆ ਗਏ ਵੀਰੇ ਅੱਗੇ ਉਦੂ ਆ ਜਰਸੀਆਂ ਛੋਟੇ ਪਾ ਆ ਗਏ ਅਤੇ 2 ਬੈਡਾਂ ਸਾਡੀਆਂ ਮਗਰ ਤਾਜ਼ੀਆਂ ਸੂਈਆਂ ਹਜੇ ਉਹਨੇ ਜੇਰ ਪੈਂਦੀ ਆ 7 ਬੈਡਾਂ ਵੀਰੇ ਸਾਡੀਆਂ ਹੋਰ ਆਉਣ ਵਾਲੀਆਂ ਕੱਲ੍ਹ ਨੂੰ ਕੋਈ ਵੀਰ ਨਾ ਵੇ ਖਾਲੀ ਮੁੜੂਗਾ ਆਪਣੇ ਕੋਲ 17 ਤਰੀਕ ਨੂੰ ਵੀਰ ਜੀ ਮੰਗਲਵਾਰ ਨੂੰ ਸੁਬਹਾ 7 ਵਜੇ ਆਪਾਂ ਸੌਦੇ ਚਾਲੂ ਕਰਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜਾ ਵੀਰ ਮਰਜ਼ੀ ਆ ਜੇ ਗਊਆਂ ਦੀ ਕੁਆਲਿਟੀ ਦੇਖ ਕੇ ਤੇ ਵੀਰੇ ਰੇਟ ਵਾਲੇ ਪੱਖ ਤੋਂ ਖਾਲੀ ਸਾਡੇ ਫਾਰਮ ਤੋਂ ਕੋਈ ਨਹੀਂ ਮੁੜਦਾ ਹੈਗਾ ਜੀ ਠੀਕ ਹਾਂਜੀ ਸੋ ਦੋਸਤੋ ਇਹ ਅੱਜ ਦੀ ਵੀਡੀਓ ਸੀਗੀ ਬਾਕੀ ਜਿਵੇਂ ਵਾਰ ਵਾਰ ਬਾਈ ਨੇ ਵੀ ਇਹ ਗੱਲ ਤੁਹਾਨੂੰ ਕਹੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਆਓ ਇੱਥੇ ਆ ਕੇ ਦੇਖੋ ਔਨਲਾਈਨ ਇਹ ਭਰਾ ਵੀ ਸੌਦੇ ਨਹੀਂ ਕਰਦਾ ਤਾਂ ਤੁਸੀਂ ਸਾਹਮਣੇ ਖੜ੍ਹ ਕੇ ਜੱਚਦਾ ਪਸ਼ੂ ਆਪਦੀ ਤਸੱਲੀ ਫੁੱਲ ਕਰਕੇ ਖਰੀਦ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਲਈ